ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 21 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ, ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਅੱਜ 21 ਫਰਵਰੀ ਸਵੇਰ ਵੇਲੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਉਮੀਦ ਦੇ ਮੁਤਾਬਕ ਇਹ ਧੁੰਦ ਜ਼ਿਆਦਾ ਸਮਾਂ ਨਹੀਂ ਰਹੇਗੀ। 9-10 ਵਜੇ ਦੇ ਆਸ ਪਾਸ ਪੰਜਾਬ ਦੇ ਵਿੱਚ ਇਹ ਧੁੰਦ ਉੱਤਰ ਜਾਵੇਗੀ। ਇੱਕ ਗੱਲ ਹੋਰ, ਜਿਹੜਾ ਪਿਛਲੇ ਦਿਨੀ ਸਿਸਟਮ ਆਇਆ ਸੀਗਾ ਉਹਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਫਿਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਮੀਂਹ ਨਹੀਂ ਪਿਆ। ਜ਼ਿਆਦਾਤਰ ਰਾਜਸਥਾਨ ਅਤੇ ਹਰਿਆਣਾ ਅਤੇ ਉੱਤਰੀ ਪੂਰਬੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸਿਰਫ ਕੇਵਲ ਬੱਦਲਬਾਜ਼ੀ ਅਤੇ ਤੇਜ਼ ਹਵਾਵਾਂ ਹੀ ਚੱਲਦੀਆਂ ਰਹੀਆਂ, ਉਹਨਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਈਆਂ। ਅਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਉੱਥੇ ਮੀਂਹ ਦੇ ਨਾਲ ਨਾਲ ਮੋਟੇ ਗੜੇਮਾਰੀ ਵੀ ਦੇਖੀ ਗਈ। ਅੱਜ ਸਿਸਟਮ ਦਾ ਆਖਰੀ ਦਿਨ ਹੈ, ਉਸ ਤੋਂ ਬਾਅਦ ਇਹ ਸਿਸਟਮ ਪਾਰ ਲੰਘ ਜਾਵੇਗਾ। ਪੰਜਾਬ ਦੇ ਵਿੱਚ ਖਾਸ ਕਰ ਇਹ ਰਹੇਗਾ ਕਿ ਅੱਜ ਥੋੜ੍ਹੇ ਜਿਹਾ ਬੱਦਲਬਾਜ਼ੀ ਬਣੀ ਰਹੇਗੀ, ਕਿਤੇ ਕਿਤੇ ਮਾਲਵੇ ਦੇ ਵਿੱਚ ਮੋਟੀ ਮੀਂਹ ਵਾਲੀ ਯਾਨੀ ਕਿ ਕਣਮਣ ਹੋ ਸਕਦੀ ਹੈ, ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਵੀ ਮੌਸਮ ਸਾਫ਼ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਸਵੇਰ ਵੇਲੇ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ, ਉਸ ਤੋਂ ਬਾਅਦ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਰਹੇਗਾ। ਕੋਈ ਵੀ ਮੀਂਹ ਦੀ ਅੱਗੇ ਖਾਸ ਸੰਭਾਵਨਾ ਨਹੀਂ ਹੈ। ਰਾਜਸਥਾਨ ਵਿੱਚ ਵੀ ਵੱਡੇ ਪੱਧਰ 'ਤੇ ਮੀਂਹ ਪਿਆ ਅਤੇ ਆਪਣੇ ਹਰਿਆਣੇ ਦੇ ਵਿੱਚ ਵੀ ਕਾਫ਼ੀ ਇਲਾਕਿਆਂ ਦੇ ਵਿੱਚ ਮੀਂਹ ਪਿਆ। ਜੰਮੂ ਅਤੇ ਹਿਮਾਚਲ ਦੇ ਵਿੱਚ ਮੀਂਹ ਦੇ ਨਾਲ ਨਾਲ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਵੀ ਦੇਖੀ ਗਈ। ਆਉਣ ਵਾਲਾ ਸਿਸਟਮ ਕਦ ਲੱਗੇਗਾ ਪੰਜਾਬ ਵਿੱਚ, ਇਸ ਬਾਰੇ ਗੱਲ ਫਿਰ ਕਰਾਂਗੇ, ਪਰ ਅਗਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਅਜੇ ਬਣ ਰਹੀ ਹੈ।